20 ਸਤੰਬਰ 2015 ਨੂੰ ਹੋਏ ਸੁਖਮਨਪ੍ਰੀਤ ਸਿੰਘ ਉਰਫ ਸਿੰਪੀ ਸਿੱਧੂ ਦੇ ਕਤਲ ਤੋਂ ਬਾਅਦ ਬੀਤੇ ਕੱਲ ਸੀਬੀਆਈ ਵੱਲੋਂ ਇਸ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਸਿੰਪੀ ਸਿੱਧੂ ਦੇ ਪਰਿਵਾਰ ਨਾਲ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 7 ਸਾਲ ਬਾਅਦ ਉਹਨਾਂ ਨੂੰ ਇਨਸਾਫ ਦੀ ਉਮੀਦ ਬੱਝੀ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਕੇਸ ਤੱਕ ਕਲਿਆਣੀ ਦੀ ਮਾਂ ਨੂੰ ਛੁੱਟੀ ਤੇ ਭੇਜੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਵੀ ਆਰ ਰੀਅਲੀ ਵੈਰੀ ਥੈਂਕਫੁਲ ਟੂ ਦ ਮੀਡੀਆ ਐਂਡ ਵੀ ਆਰ ਰੀਅਲੀ ਰੀਅਲੀ ਥੈਂਕਫੁਲ ਟੂ ਦ ਸੀਬੀਆਈ ਕਿ ਚਲੋ 7.5 ਸਾਲ ਹੋ ਗਏ ਹੈ ਬਟ ਅਲਟੀਮੇਟਲੀ ਕੇਸ ਕਰੈਕ ਹੋ ਗਿਆ। ਹਾਂਜੀ, ਕਿਵੇਂ ਤੁਸੀਂ ਇਹਨੂੰ ਆਪਣੀ ਜਿਹੜੀ ਜਦੋਂ ਜਾਇਦਾ ਕਿਵੇਂ ਇਹ ਲੜਾਈ ਜਿਹੜੀ ਇੰਨੀ ਲੰਬੀ ਲੜੀ ਹੈ ਕਿਵੇਂ ਇਹਨੂੰ ਦੇਖਦੇ ਹੋ ਅਤੇ ਅੱਗੇ ਜਿਹੜਾ ਕੇਸ ਕਿਸ ਸੂਰਤ ਵੱਲ ਜਾਏਗਾ? ਦੇਖੋ ਜੀ, ਹਜੇ ਤਾਂ ਅੱਧੀ ਲੜਾਈ ਲੜੀ ਗਈ ਹੈ। ਅਸੀਂ ਤਾਂ ਫਰੋਮ ਦ ਡੇ ਵਨ ਵੀ ਆਰ ਸੇਇੰਗ ਕਿ ਆਹ ਕੁੜੀ ਇਨਵੋਲਵਡ ਹੈ ਅਤੇ ਐਂਡ ਵੀ ਆਰ ਨੋਟ ਸੇਇੰਗ ਇਕੱਲੀ ਕਿ ਆਹ ਇਕੱਲੀ ਕੁੜੀ ਇਨਵੋਲਵਡ ਹੈ। ਅਸੀਂ ਇਹੀ ਕਹਿ ਰਹੇ ਹਾਂ ਕਿ ਇਹਦੀ ਸਾਰੀ ਫੈਮਿਲੀ ਇਨਵੋਲਵਡ ਹੈ ਅਤੇ ਚਲੋ ਅਲਟੀਮੇਟਲੀ ਇਹਨੂੰ ਅਰੈਸਟ ਕਰ ਲਿਆ, 4 ਦਿਨਾਂ ਦੇ ਰਿਮਾਂਡ 'ਤੇ ਚਲੀ ਗਈ ਹੈ। ਹੁਣ ਅੱਗੇ ਆ ਸਾਰਾ ਦੱਸੂਗੀ ਕਿ ਕੌਨਸਪੀਰੇਸੀ ਤਾਂ ਇਹਦੀ ਸੀਗੀ, ਆਹ ਸੀਗੀ ਉੱਥੇ, ਹੋਰ ਕਿਹੜਾ ਐਗਜੀਕਿਊਟਰ ਸੀਗਾ ਉੱਥੇ ਐਂਡ ਵੈਪਨ ਕਿਹੜਾ ਯੂਜ਼ ਕੀਤਾ, ਵਹੀਕਲ ਕਿਹੜਾ ਯੂਜ਼ ਕੀਤਾ, ਸਾਰਾ ਕੁਛ ਹੁਣ ਆਹੀ ਦੱਸੂਗੀ। ਹਾਂਜੀ, ਸੀਬੀਆਈ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਅਰੈਸਟ ਹੋਣ? ਨਹੀਂ ਜੀ, ਮੇਰੀ ਬਸ ਮੈਨੂੰ ਬਸ ਐਂ ਪਤਾ ਚੱਲਿਆ ਉਹਨਾਂ ਨਾਲ ਆਫੀਸ਼ੀਅਲੀ ਕਿ ਸ਼ੀ ਹੈਜ਼ ਬੀਨ ਅਰੈਸਟਡ। ਬਾਕੀ ਅਸੀਂ ਹਜੇ ਉਹਨਾਂ ਨਾਲ ਹਜੇ ਉਹਨਾਂ ਉਹ ਵੀ ਸਾਨੂੰ ਕਹਿ ਰਹੇ ਬਿਕੋਜ਼ ਆਈ ਜਸਟ ਵਾਂਟ ਕਿ ਦੇ ਸ਼ੁੱਡ ਡੂ ਦੇਅਰ ਵਰਕ ਹਜੇ। ਹਾਂਜੀ, ਆਪਣਾ ਹੁਣ ਅਗਲਾ ਜਿਹੜਾ ਕਦਮ ਕੀ ਹੋਊਗਾ? ਦੇਖੋ ਭਾਅ ਜੀ, ਸਾਡਾ ਹੁਣ ਅਗਲਾ ਕਦਮ ਤਾਂ ਆਹੀ ਹੈ ਕਿ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਹੈ ਗੱਲ ਕਿ ਅਸੀਂ ਹੁਣ ਇੰਪੀਚਮੈਂਟ ਵਾਸਤੇ ਪ੍ਰੈਸ ਕਰਾਂਗੇ ਇਹਦੀ ਕਿ ਆਹ ਦੇਖੋ ਆਹ ਕੋਈ ਛੋਟਾ ਮੋਟਾ ਕ੍ਰਾਈਮ ਤਾਂ ਹੈ ਨਹੀਂ, 302 ਦੀ ਗੱਲ ਹੈ ਐਂਡ ਇਹਨੂੰ ਆਈ ਐਮ ਰੀਅਲੀ ਤੁਹਾਡੇ ਮੀਡੀਆ ਚੈਨਲ ਥਰੂ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਲਾਈਕ ਮਾਈਂਡਡ ਲੀਗਲ ਫਟਰਨਿਟੀ ਦੇ ਲੋਕ ਹੈ ਕਿ ਹਾਊ ਸ਼ੀ ਕੈਨ ਸਿਟ ਔਨ ਦ ਆਨਰੇਬਲ ਚੇਅਰ ਆਫ ਅ ਹਾਈ ਕੋਰਟ ਜੱਜ ਇਫ ਅ ਡਾਟਰ ਇਜ਼ ਇਨਵੋਲਵਡ ਇਨ ਸੱਚ ਅ ਹੀਨੀਅਸ ਕ੍ਰਾਈਮ, ਇਹਨਾਂ ਦਾ ਡੁੱਬ ਕੇ ਮਰ ਜਾਣਾ ਚਾਹੀਦਾ। ਸੋ ਅਸੀਂ ਸਾਰਿਆਂ ਨਾਲ ਹੁਣ ਇਨ ਟੱਚ ਹੋਵਾਂਗੇ, MPs ਨਾਲ, ਹੋਰਾਂ ਨਾਲ ਇੰਪੀਚਮੈਂਟ ਕਰਾਂਗੇ ਅਤੇ ਲਾਅ ਮਿਨਿਸਟਰ ਨੂੰ ਵੀ ਮਿਲਾਂਗੇ। ਇਹਨੂੰ ਤਾਂ ਰੀਅਲੀ ਇਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਹਾਊ ਸ਼ੀ ਕੈਨ ਡਿਲੀਵਰ ਜਸਟਿਸ ਸਿਟਿੰਗ ਔਨ ਸੱਚ ਅ ਰਿਸਪੈਕਟੇਬਲ ਚੇਅਰ, ਇਹਨੂੰ ਸੰਘ ਆਉਣੀ ਚਾਹੀਦੀ ਹੈ ਇਹਨੂੰ। ਹਾਂਜੀ, ਮਦਰ ਕਿੱਥੇ ਨੇ ਹੁਣ? ਮਦਰ ਜੀ ਸ਼ੀ ਇਜ਼ ਜਿਹੜੇ ਜਸਟਿਸ ਵੀ ਨੇ ਉਹ ਐਕਟਿੰਗ ਚੀਫ ਜਸਟਿਸ ਹੈ ਜੀ ਹਿਮਾਚਲ ਹਾਈ ਕੋਰਟ ਦੇ। ਹਾਂਜੀ, ਰੱਬ ਦਾ ਸ਼ੁਕਰ ਹੈ ਜੀ, ਬਹੁਤ ਬਹੁਤ। ਮੈਂ ਤਾਂ ਪਹਿਲਾਂ ਵੀ ਸੀਗਾ, ਮੈਨੂੰ ਤਾਂ ਰੱਬ 'ਤੇ ਇੰਨਾ ਕੁ ਯਕੀਨ ਹੈ ਵੀ ਜਦੋਂ ਹੈ ਹੀ ਉਹ ਬੇਟੇ 'ਚ, ਮੇਰੇ 'ਚ ਕੋਈ ਔਗਣ ਹੀ ਨਹੀਂ ਸੀਗਾ, ਕੋਈ ਕਿਸੇ ਪਾਸੇ ਕੁਛ ਨਾ, ਉਹਦੀ ਕੋਈ ਗਲਤੀ ਸੀਗੀ। ਗਲਤੀ ਸਾਡੀ ਸੀ ਵੀ ਅਸੀਂ ਇਹਨਾਂ ਨਾਲ ਦੋਸਤੀ ਪਾਈ ਇੰਨੇ ਸਾਲ ਪੁਰਾਣੀ, ਤਾਂ ਹੀ ਬੱਚਿਆਂ ਦਾ ਆਪਸ ਵਿੱਚ ਮਿਲਣਾ ਹੋਇਆ। ਇਹਦੇ ਪਾਪਾ ਦਾ ਫਰੈਂਡ ਸੀ ਇਹਦਾ ਫਾਦਰ। ਜਿਵੇਂ ਹੁਣ ਕਲਿਆਣੀ ਨੂੰ ਸੀਬੀਆਈ ਨੇ ਅਰੈਸਟ ਕਰ ਲਿਆ ਹੈਗਾ ਅਤੇ ਉਹਨਾਂ ਦੇ ਮਾਤਾ ਜੀ ਕਹਿੰਦੇ ਨੇ ਵੀ ਕਲਿਆਣੀ ਦੇ ਅਜੇ ਵੀ ਉਹ ਆਪਣਾ ਸਿਟਿੰਗ ਜੱਜ ਹੈਗੀ ਹੈ ਆਪਣਾ ਹਿਮਾਚਲ ਹਾਈ ਕੋਰਟ ਦੀ। ਤੁਸੀਂ ਕੀ ਮੰਗ ਕਰਦੇ ਹੋ? ਉਹਨੂੰ ਛੁੱਟੀ 'ਤੇ ਭੇਜਣ, ਘੱਟੋ ਘੱਟ ਇੰਨਾ ਤਾਂ ਹੋਵੇ ਨਾ ਉਹਨੂੰ ਉਸ ਤੋਂ ਕੰਮ ਵਾਪਸ ਲੈਣ, ਵੀ ਜਦ ਤੱਕ ਤੇਰੀ ਧੀ ਦਾ ਕੇਸ ਚੱਲ ਰਿਹਾ ਉਦੋਂ ਤੱਕ ਤੂੰ ਛੁੱਟੀ 'ਤੇ ਰਹਿ। ਆਪਣਾ ਅਗਲਾ ਕੀ ਕਦਮ ਹੋਊਗਾ? ਦੇਖਦੇ ਹਾਂ ਜੀ, ਹੁਣ 4 ਦਿਨਾਂ 'ਚ ਦੇਖਦੇ ਹਾਂ ਉਹ ਕੀ ਬੋਲਦੀ ਆ, ਜੇ ਉਹ ਕੁਛ ਦੱਸੂਗੀ ਫਿਰ। ਬਿਲਕੁਲ ਜੀ ਬਿਲਕੁਲ, ਉਹਦੀ ਮੰਮੀ, ਉਹਦਾ ਡੈਡੀ, ਉਹਦਾ ਮਾਮਾ, ਉਹਦਾ ਮਾਮਾ ਮੈਂ ਤਾਂ ਕਹਿ ਰਹੀ, ਉਹਦਾ ਮਾਮਾ ਨਾਲ ਆਇਆ ਸੀ ਜਦੋਂ ਮੈਨੂੰ ਫੋਟੋਆਂ ਦਿਖਾਉਣ ਆਏ ਆ, ਇਹਦਾ ਡੈਡੀ ਉਹਦਾ ਮਾਮਾ ਨਾਲ ਸੀਗਾ। ਉਦੋਂ ਉਹਦਾ ਮਾਮਾ ਹੈ ਵੀ, ਮੈਨੂੰ ਲੱਗਦਾ ਪਤਾ ਨਹੀਂ ਕਿਉਂ ਪੈ ਰਿਹਾ, ਜਾਂ ਉਹਦਾ ਮਾਮਾ ਹੈਗਾ ਜਿਹਨੇ ਐਗਜ਼ੀਕਿਊਟ ਕੀਤਾ ਅਤੇ ਜਾਂ ਉਹਦਾ ਡੈਡੀ ਹੈ। ਕਾਰਨ ਸਭ ਨੂੰ ਹੀ ਪਤਾ ਜੀ, ਜੋ ਸਭ ਨੂੰ ਦੱਸਿਆ, ਵਿਆਹ ਕਰਕੇ ਕਿਹਾ ਸੀ ਉਹਨੇ, ਮੈਂ ਮਨਾ ਕੀਤਾ ਸੀਗਾ। ਮੇਰੇ ਕੋਲ ਆਈ ਹੈ 2 ਵਾਰੀ ਇਹਦੀ ਮੰਮੀ, ਮੈਨੂੰ ਕਹਿੰਦੀ ਕੌਣ ਨਹੀਂ ਮੰਨ ਰਿਹਾ, ਮੈਂ ਕਿਹਾ ਸਿੱਪੀ ਨਹੀਂ ਮੰਨ ਰਿਹਾ, ਕਹਿੰਦੀ ਨਹੀਂ ਕੋਈ ਬਾਤ ਔਰ ਹੈ, ਮੈਂ ਉਸਕੇ ਦਾਦੀ ਜੀ ਕੇ ਪਾਸ ਜਾ ਜਾਤੀ ਹੂੰ, ਮੈਂ ਉਸਕੇ ਨਾਨੀ ਕੇ ਪਾਸ ਜਾ ਜਾਤੀ ਹੂੰ, ਇਹਦੇ ਮਾਮਾ ਜੀ ਨੂੰ ਫੋਨ ਕੀਤਾ, ਇਹਦੀ ਮਾਸੀ ਕੋਲ ਜਾ ਕੇ ਆਈ ਵੀ ਤੂੰ ਆਪਾਂ ਵਿਆਹ ਕਰ ਦਈਏ ਬੱਚਿਆਂ ਦਾ। ਉਹ ਕਹਿੰਦੀ ਵੀ ਅੱਜ ਕੱਲ੍ਹ ਤਾਂ ਬੱਚਿਆਂ ਦੀ ਮਰਜ਼ੀ ਹੈ, ਸਿੱਪੀ ਸਾਨੂੰ ਕਹੂਗਾ ਅਸੀਂ ਕਰ ਦਾਂਗੇ। ਮੈਂ ਵੀ ਇਹੀ ਕਿਹਾ ਸੀ, ਮੈਂ ਕਿਹਾ ਜੀ ਸਿੱਪੀ ਕਹੂਗਾ ਅਸੀਂ ਕਰ ਦਾਂਗੇ। ਮੈਨੂੰ ਹੁਣ ਪਤਾ ਉਹ ਜੱਜਾਂ ਦਾ ਜਿਵੇਂ ਵਕੀਲਾਂ ਦਾ ਹੁੰਦਾ, ਉਹਨੇ ਕਹਿਣਾ ਵੀ ਇਹ ਤਾਂ ਜੀ ਤਾਂ ਨਹੀਂ ਸੀ ਕਰ ਰਹੇ, ਸਾਡੀ ਜਾਤ ਹੋਰ ਆ, ਇਹ ਹੋਰ ਆ, ਜੋ ਵੀ ਕਹਿਣਗੇ। ਮੈਨੂੰ ਹੁਣ ਸਾਰਾ, ਮੈਂ ਇੰਨੇ ਸਾਲਾਂ ਦਾ ਇਹਨਾਂ ਨੂੰ ਜਾਣਦੀ ਹਾਂ ਕਿ 30 ਸਾਲ ਵਿੱਚ ਬੰਦੇ ਦਾ ਤੁਹਾਨੂੰ ਬਹੁਤ ਕੁਛ ਪਤਾ ਲੱਗ ਜਾਂਦਾ। ਸਿੱਪੀ ਨੇ ਮੈਨੂੰ ਕੁਛ ਦੇਰ ਪਹਿਲਾਂ ਕਿਹਾ ਸੀਗਾ, 4 ਕੁ ਮਹੀਨੇ, ਮਾਮਾ ਮੈਂ ਬੰਦੇ ਪਛਾਣਨ 'ਚ ਬੜੀ ਗਲਤੀ ਕਰ ਲੈਂਦਾ,
ਜਦੋਂ ਉਹਨੂੰ ਕਲਿਆਣੀ ਦੀਆਂ ਗੱਲਾਂ ਬਾਤਾਂ ਜੀ ਪਤਾ ਲੱਗ ਗਈਆਂ ਫਿਰ ਉਹਨੇ ਵਰਡਿੰਗ ਕਹੀ। ਮੈਂ ਕਿਹਾ ਬੇਟੇ ਇਹ ਤਾਂ ਸਾਰੀ ਦੁਨੀਆ 'ਚ ਔਗਣ ਹੁੰਦਾ, ਜੇ ਆਪਾਂ ਬੰਦੇ ਪਹਿਲਾਂ ਪਛਾਣ ਲਈਏ ਤਾਂ ਕੋਈ ਗਲਤੀ ਹੋਵੇ ਹੀ ਨਾ ਕਿਸੇ ਤੋਂ। ਉਹੀ ਗੱਲ ਹੋਈ, ਅਸੀਂ ਬੰਦੇ ਹੀ ਨਹੀਂ ਪਛਾਣ ਸਕੇ ਵੀ ਬੰਦੇ ਕਿਹੋ ਜਿਹੇ ਆ ਇਹ। ਉਹਨਾਂ ਦੀ ਅੱਖ ਅਸਲ 'ਚ ਜਦੋਂ ਇਹਦੇ ਪਾਪਾ ਦੀ ਡੈਥ ਹੋ ਗਈ ਨਾ 2008 'ਚੋਂ, ਉਹਨਾਂ ਨੇ ਕਿਹਾ ਵੀ ਇਹ ਤਿੰਨੋਂ ਮਾਂ ਪੁੱਤ ਹੈਗੇ ਆ, ਇਹ ਆਰਮੀ 'ਚ ਸੀਗਾ ਉਦੋਂ ਚਲਾ ਗਿਆ ਸੀ, ਵੀ ਦੋ ਮਾਂ ਪੁੱਤ ਤਾਂ ਸਾਰਾ ਕੁਝ ਸਿੱਪੀ ਕੋਲ ਹੈਗਾ, ਆਪਣੀ ਮਰਜ਼ੀ ਕਲਿਆਣੀ ਨੂੰ ਆਇਆ ਸੀਗਾ। ਉਹਨੇ ਕਿਹਾ ਵੀ ਹੈ ਕਿਸੇ ਨੂੰ, ਉਹ ਬਾਅਦ ਵਿੱਚ ਤੁਹਾਨੂੰ ਸਾਰੀਆਂ ਗੱਲਾਂ ਬਾਅਦ 'ਚ ਪਤਾ ਲੱਗ ਜਾਣਗੀਆਂ ਵੀ ਮੈਂ ਤਾਂ ਸਿੱਪੀ ਨਾਲ ਹੀ ਵਿਆਹ ਕਰਾਉਣਾ, ਵੀ ਉੱਥੇ ਉਹਦੀ ਨੇਚਰ ਇਹੋ ਜਿਹੀ ਸੀ ਬੱਚੇ ਦੀ, ਇਹਦਾ ਅਤੇ ਉਹਦਾ ਜ਼ਮੀਨ ਅਸਮਾਨ ਦਾ ਫਰਕ ਆ, ਉਹ ਬਿਲਕੁਲ ਕੋਈ ਸਾਹਮਣੇ ਨਹੀਂ ਮਾਮਾ ਪੂਰਾ ਸੀਗਾ। ਵੀ ਕੋਈ ਨਹੀਂ, ਤੁਸੀਂ ਉਹ ਵਿਚਾਰੀ ਡਿਪਰੈਸ਼ਨ 'ਚ ਨਾ ਝਟਕਾਂ ਦਿਆ ਕਰੋ, ਨਾ ਕਹੋ। ਮੈਂ ਕਹਿੰਦਾ, ਮੈਂ ਕਿਹਾ ਰੋਜ਼ ਆ ਕੇ ਲੈਣ ਜਾਂਦੀ ਹੈ ਜਦੋਂ ਆਪਾਂ ਮਨਾ ਕੀਤਾ, ਨਹੀਂ ਮਾਮਾ ਇਹ ਡਿਪਰੈਸ਼ਨ 'ਚ ਤੁਸੀਂ ਇਹਨੂੰ ਝਟਕਾਂ ਨਾ ਦਿਓ, ਕੁਛ ਕਰ ਲੂਗੀ। ਬਸ ਇਸੇ ਗਲਤੀ 'ਚ ਹੀ ਅਸੀਂ ਰਹਿ ਗਏ, ਤਾਂ ਹੀ ਉਹਦੀ ਗੱਲ ਦੇ ਉੱਤੇ ਚਲਾ ਜਾਂਦਾ ਸੀ ਵੀ ਇਹ ਕੁਛ ਕਰਕੇ ਮਰ ਜੂਗੀ, ਸਾਨੂੰ ਫਸਾ ਜੂਗੀ। ਜਦੋਂ ਪਤਾ ਹੀ ਲੱਗ ਗਿਆ ਸੀ ਵੀ ਉਹ ਕੁੜੀ ਇਹੋ ਜਿਹੀ ਹੈ, ਸਾਰਾ ਕੁਛ ਹੈ, ਤੁਹਾਨੂੰ ਸਾਰਾ ਕੁਛ ਹੀ ਬਾਅਦ ਵਿੱਚ ਤੁਹਾਨੂੰ ਮਿਲ ਜੂਗਾ। ਮੋਹਾਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।